ਜ਼ਮਾਨਤਾਂ ਜ਼ਬਤ ਕਿੰਨਿਆਂ ਦੀਆਂ ਹੋਈਆਂ ਨੇ ਐਤਕੀ, ਕਿਹੜੇ ਵੱਡੇ ਦਿੱਗਜਾਂ ਦੀਆਂ ਹੋਈਆਂ ਨੇ? ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਫੀਸਦ ਉਹ ਬੀਜੇਪੀ ਦੇ ਨਾਲੋਂ ਵੀ ਘੱਟ ਗਿਆ ਹੈ। ਕੁਝ ਪਾਰਟੀਆਂ ਹੈਗੀਆਂ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਮਾਨ ਦਲ, ਉਹਨਾਂ ਦੇ ਕੈਂਡੀਡੇਟਸ ਦੀਆਂ ਤਕਰੀਬਨ ਜ਼ਮਾਨਤਾਂ ਜ਼ਬਤ ਹੋਈਆਂ ਨੇ। ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟਸ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਆਪਾਂ ਸਿਰਫ ਜਿਹੜੀਆਂ ਚਾਰ ਮੇਨ ਪਾਰਟੀਆਂ ਸੀ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਆਮ ਆਦਮੀ ਪਾਰਟੀ ਅਤੇ ਕਾਂਗਰਸ, ਇਹਨਾਂ ਦੀ ਜੇ ਗੱਲ ਕਰ ਲਈਏ ਤਾਂ ਕਿੱਥੇ ਕਿੱਥੇ ਸੱਟ ਲੱਗੀ ਹੈ ਜ਼ਮਾਨਤ ਜ਼ਬਤ ਹੋਣ ਦੀ? ਦੇਖੋ, ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਕਿਸੇ ਦੀ ਜ਼ਮਾਨਤ ਜ਼ਬਤ ਨਹੀਂ ਹੋਈ ਕਿਸੇ ਵੀ ਉਮੀਦਵਾਰ ਦੀ, ਪਰ ਅਕਾਲੀ ਦਲ ਅਤੇ ਬੀਜੇਪੀ ਦੋਨਾਂ ਪਾਰਟੀਆਂ ਦੇ ਵੱਡੇ ਪੱਧਰ 'ਤੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ, 13 ਵਿੱਚੋਂ 10 ਸੀਟਾਂ ਉੱਤੇ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ। ਉਹਦੇ ਵਿੱਚ 2 ਪੰਥਕ ਸੀਟਾਂ, ਤੁਸੀਂ ਕਹਿ ਇੱਕ ਇੱਕ ਹੋਰ ਤੁਸੀਂ ਐਡ ਕਰ ਦੇ ਸਕਦੇ ਹੋ, ਫਰੀਦਕੋਟ ਨੂੰ ਹੁਣ ਤੁਸੀਂ ਪੰਥਕ ਸੀਟ ਹੀ ਕਹਿ ਸਕਦੇ ਹੋ। ਹਾਂਜੀ, ਉੱਧਰ ਔਰ ਖਡੂਰ ਸਾਹਿਬ ਦੀ ਸੀਟ 'ਤੇ ਜ਼ਮਾਨਤ ਜ਼ਬਤ ਹੋਈ ਹੈ। ਅੱਛਾ, ਬੀਜੇਪੀ ਦੀ ਗੱਲ ਕਰੀਏ, ਬੀਜੇਪੀ ਨੇ 5 ਸੀਟਾਂ ਉੱਤੇ ਜ਼ਮਾਨਤ ਜ਼ਬਤ ਹੋਈ, ਉਹਦੇ ਵਿੱਚ 2 ਪੰਥਕ ਸੀਟਾਂ ਨੇ। ਮੈਂ ਤੁਹਾਨੂੰ ਸਿਲਸਿਲੇਵਾਰ ਦੱਸਵਾਂ, ਅਕਾਲੀ ਦਲ ਦੀ ਖਡੂਰ ਸਾਹਿਬ, ਜੀ, ਫਰੀਦਕੋਟ, ਹੁਸ਼ਿਆਰਪੁਰ, ਸ਼੍ਰੀ ਅਨੰਦਪੁਰ ਸਾਹਿਬ, ਸੰਗਰੂਰ, ਜਲੰਧਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਇਹਦੇ ਵਿੱਚ ਜ਼ਮਾਨਤ ਜ਼ਬਤ ਹੋਈ ਹੈ। ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਆ 8.25% ਵੋਟ ਮਿਲੇ ਨੇ, ਜਦਕਿ ਜ਼ਮਾਨਤ ਜ਼ਬਤ ਨਾ ਹੋਵੇ ਕਿਸੇ ਕੈਂਡੀਡੇਟ ਦੀ 16.6 ਵੋਟ ਤੁਹਾਨੂੰ ਹਾਸਲ ਕਰਨੇ ਜ਼ਰੂਰੀ ਨੇ। ਅਗਰ 16.5 ਹੋਏ ਤੇ ਤੁਹਾਡੀ ਜ਼ਮਾਨਤ ਜ਼ਬਤ ਹੋਏਗੀ। ਬਿਲਕੁਲ, ਯਾਨੀ ਕਿ ਜਿੰਨਾ 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 ਮਿੱਥਿਆ ਹੋਇਆ ਅੰਕੜਾ, ਉਹ ਤੋਂ ਵੀ 8% ਘੱਟ ਤੇ, ਮਤਲਬ ਅੱਧੋ ਅੱਧ ਤੇ ਰਹਿ ਗਏ ਜ਼ਮਾਨਤ ਜ਼ਬਤ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਵਿੱਚ ਵੀ। ਬਹੁਤ ਹੀ ਵੱਡੇ ਸੈਟਬੈਕ ਹੈਗਾ। ਬਿਲਕੁਲ, ਜਲੰਧਰ ਸੀਟ ਸੀ, ਫਤਿਹਗੜ੍ਹ ਸੀਟ, ਫਰੀਦਕੋਟ ਸੀਟ, ਫਰੀਦਕੋਟ ਸੀਟ ਦੀ ਗੱਲ ਕਰੀਏ ਤੇ 13.63% ਵੋਟ ਮਿਲੇ, ਹੁਸ਼ਿਆਰਪੁਰ ਚ 9.68 ਮਿਲੇ, ਅਨੰਦਪੁਰ ਸਾਹਿਬ 10%, ਸੰਗਰੂਰ ਇਸ ਤੇ 6%, ਸੰਗਰੂਰ ਇਸ ਤੇ ਲਾਈਨ ਲੜਾਈ ਚ ਨਜ਼ਰ ਨਹੀਂ ਆਈ, ਜਲੰਧਰ ਵਿੱਚ ਲੜਾਈ ਨਜ਼ਰ ਨਹੀਂ ਆਈ 6%, ਪਟਿਆਲਾ ਵਿੱਚ ਫਿਰ ਵੀ ਚਲੋ 13% ਹੈਗੇ ਸੀ, ਲੁਧਿਆਣਾ ਵਿੱਚ ਵੀ ਫਾਈਟ ਨਜ਼ਰ ਨਹੀਂ ਆਈ 8%, ਗੁਰਦਾਸਪੁਰ ਵਿੱਚ 7%। ਜੀ, ਸੋ ਇਹਨਾਂ ਦੇ ਆਪਾਂ ਨਾਮ ਵੀ ਜ਼ਰੂਰ ਦੱਸ ਦਈਏ ਕਿ ਕਿਹੜੇ ਕਿਹੜੇ ਲੀਡਰ ਨੇ ਅਕਾਲੀ ਦਲ ਦੇ ਜਿਹੜੇ ਜ਼ਮਾਨਤਾਂ ਹੀ ਜ਼ਬਤ ਕਰਾ ਗਏ ਨੇ, ਤੇ ਜੇ ਜ਼ਮਾਨਤ ਜ਼ਬਤ ਹੋ ਜੇ ਤਾਂ ਉਹਨਾਂ ਦੇ ਪੋਲੀਟੀਕਲ ਕਰੀਅਰ ਤੇ ਅਸਰ ਕੀ ਪੈਂਦਾ ਹੈ। ਬਿਲਕੁਲ, ਦੇਖੋ, ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਉਹਨਾਂ ਨੂੰ ਮਹਿੰਗਾ ਪੈ ਗਿਆ, ਬਹਿ ਗਿਆ ਸਿੱਧੀ ਲੜਾਈ ਅੰਮ੍ਰਿਤਪਾਲ ਦੇ ਨਾਲ ਉਹਨਾਂ ਦੇ ਖਿਲਾਫ ਬੋਲਣ ਦਾ, ਪਰ ਉਹ ਰਹੇ 5ਵੇਂ ਨੰਬਰ ਤੇ, ਚੌਥੇ ਨੰਬਰ ਤੇ 8.25 ਤੇ। ਹੁਸ਼ਿਆਰਪੁਰ ਤੋਂ ਵੀ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਵੀ ਜ਼ਬਤ ਹੋਈ, ਅਨੰਦਪੁਰ ਸਾਹਿਬ ਤੋਂ ਚੰਦੂ ਮਾਜਰਾ ਨਾ ਵੱਡਾ ਨਾਮ ਨੇ, ਅਨੰਦਪੁਰ ਸਾਹਿਬ ਤੋਂ MP ਬਣੇ ਨੇ, 2 ਵਾਰੀ MLA ਵੀ ਰਹੇ ਨੇ, 2 ਵਾਰੀ MP ਬਣੇ ਨੇ, ਪਟਿਆਲਾ ਤੋਂ ਵੀ ਜਿੱਤੇ ਹੋਏ ਨੇ, ਅਨੰਦਪੁਰ ਸਾਹਿਬ ਤੋਂ ਵੀ ਜਿੱਤੇ ਹੋਏ ਨੇ। 10.95% ਮਿਲਣਾ ਬਹੁਤ ਵੱਡਾ ਸੈਟਬੈਕ ਹੈ। ਈਵਨ ਉਹ ਤੇ ਨਜ਼ਰ ਵੀ ਨਹੀਂ ਆਏ ਜਿਸ ਦਿਨ ਵੋਟਿੰਗ ਸੀ, ਉਹਨਾਂ ਦੀ ਕੋਈ ਵੋਟ ਪਾਉਂਦੇ ਵੀ ਨਜ਼ਰ ਨਹੀਂ ਆਏ, ਕੋਈ ਬਿਆਨ ਦਿੰਦੇ ਨਜ਼ਰ ਨਹੀਂ ਆਏ ਮੀਡੀਆ ਵਿੱਚ। ਪਟਿਆਲਾ ਤੋਂ NK ਸ਼ਰਮਾ, ਉਹਨਾਂ ਨੇ ਅਕਾਲੀ ਦਲ ਹਿੰਦੂ ਚਿਹਰਾ ਉਤਾਰਿਆ ਸੀ, ਬਿਲਕੁਲ, ਉਹਨਾਂ ਵਿਧਾਨ ਸਭਾ ਵੀ ਹਾਰੇ, ਹੁਣ ਲੋਕ ਸਭਾ ਵੀ ਹਾਰੇ, ਤੇ ਚੰਦੂ ਮਾਜਰਾ ਵਿਧਾਨ ਸਭਾ ਵੀ ਹਾਰੇ ਸਨ, ਲੋਕ ਸਭਾ ਵੀ 2 ਹਾਰ ਗਏ ਨੇ, 2019 ਵਿੱਚ ਹਾਰੇ, 2024 ਵਿੱਚ ਹਾਰ ਗਏ। ਹੁਣ ਗੁਰਦਾਸਪੁਰ ਸੀਟ ਤੇ ਦਲਜੀਤ ਚੀਮਾ, ਉਹਨਾਂ ਨੂੰ ਜ਼ਬਰਦਸਤੀ ਸ਼ਿਫਟ ਕੀਤਾ ਗਿਆ ਅਨੰਦਪੁਰ ਸਾਹਿਬ ਤੋਂ ਖਡੂਰ ਸਾਹਿਬ, ਗੁਰਦਾਸਪੁਰ ਸ਼ਿਫਟ ਕੀਤਾ ਗਿਆ, ਉਹ ਜਾਣਾ ਉਹਨਾਂ ਦੀ ਉਹਨਾਂ ਬਾਰ ਬਾਰ ਸੀਟ ਮੰਗਦੇ ਸੀ ਅਨੰਦਪੁਰ ਸਾਹਿਬ, ਬਿਲਕੁਲ, ਉਹਦਾ ਖਾਮਿਆਜ਼ਾ ਵੀ ਹਾਲਾਂਕਿ ਰਹਿਣ ਵਾਲੇ ਗੁਰਦਾਸਪੁਰ ਤੇ ਸੀ ਉਹਨਾਂ ਨੂੰ 7.9% ਫੀਸਦ ਮਿਲਿਆ।
ਤੇ ਇਸ ਤਰ੍ਹਾਂ ਤਮਾਮ ਲੀਡਰ ਹੈਗੇ ਨੇ ਅਕਾਲੀ ਦਲ ਦੇ ਜਿਨ੍ਹਾਂ ਨੇ ਜ਼ਮਾਨਤ ਜ਼ਬਤ ਕੀਤੀ, ਔਰ ਜ਼ਮਾਨਤ ਜ਼ਬਤ ਹੋਣ ਦਾ ਦਾਗ ਹੀ ਬਹੁਤ ਵੱਡਾ ਹੁੰਦਾ ਹੈ। ਬਿਲਕੁਲ ਵਿਰੋਧੀ ਧਿਰ ਮੇੜੇ ਮਾਰਦੇ ਰਹਿੰਦੇ, ਤੇਰੀ ਤੇ ਤੁਹਾਡੀ ਤੇ ਜ਼ਮਾਨਤ ਜ਼ਬਤ ਹੋ ਗਈ, ਤੁਸੀਂ ਕੀ ਸਾਡੇ ਨਾਲ ਫਾਈਟ ਦੇ ਗਏ। ਬੀਜੇਪੀ ਦੀ ਗੱਲ ਕਰੀਏ, ਬਹੁਤ ਨਮੋਸ਼ੀ ਦੀ ਗੱਲ ਹੈ। ਸੋ ਇੱਥੇ ਇੱਥੇ ਥੋੜਾ ਜਿਹਾ ਇੱਕ ਸਵਾਲ ਮੈਂ ਪੁੱਛਣਾ ਚਾਹੁੰਦੀ ਸੀ ਕਿ ਡਾਕਟਰ ਚੀਮਾ, ਦਲਜੀਤ ਸਿੰਘ ਚੀਮਾ ਜੀ ਅਨੰਦਪੁਰ ਸਾਹਿਬ ਤੋਂ ਖੜੇ ਹੁੰਦੇ ਤਾਂ ਕੀ ਲੱਗਦਾ ਜਿੱਤ ਸਕਦੇ ਸੀ, ਕਿਉਂਕਿ ਪ੍ਰੇਮ ਸਿੰਘ ਚੰਦੂਮਾਜਰਾ ਇਸ ਹਲਕੇ ਤੋਂ ਪਹਿਲਾਂ ਜਿੱਤ ਚੁੱਕੇ ਨੇ। ਜਿੱਤਣਾ ਬੜਾ ਮੁਸ਼ਕਿਲ ਸੀ ਉਹਨਾਂ ਦਾ, ਪਰ ਇਹ ਹੈਗਾ ਕਿ ਉਹ ਫਾਈਟ ਦੇ ਸਕਦੇ ਸੀ ਕਿਉਂਕਿ ਆਪਣਾ ਹਲਕਾ ਉਹਨਾਂ ਨੇ ਉੱਧਰ ਕੰਮ ਕੀਤਾ ਹੈ। ਰੂਪਨਗਰ ਤੋਂ ਇਲੈਕਸ਼ਨ ਵੀ ਲੜ ਚੁੱਕੇ ਨੇ ਔਰ ਜਿੱਤ ਵੀ ਚੁੱਕੇ ਨੇ, 2012 ਵਿੱਚ ਕੈਬਨਿਟ 'ਚ ਰਹੇ ਨੇ। ਇਹ ਆਪਣਾ ਹਲਕਾ ਜਿੱਥੇ ਤੁਸੀਂ ਕੰਮ ਕੀਤਾ ਹੋਇਆ ਨਾ, ਉੱਧਰ ਤੁਹਾਨੂੰ ਚਲੋ ਜਿੱਤ ਚਲੋ ਨਹੀਂ ਮਿਲਦੀ, ਪਰ ਫਾਈਟ ਦੇ ਸਕਦੇ ਸੀ। ਔਰ ਫਾਈਟ ਵਿੱਚ ਅਕਾਲੀ ਦਲ ਨੂੰ ਫਾਇਦਾ ਹੁੰਦਾ, ਪਰ ਚੰਦੂ ਮਾਜਰਾ ਨੂੰ ਅਕਾਲੀ ਦਲ ਨਿਰਾਸ਼ ਵੀ ਕਰਨਾ ਚਾਹੁੰਦੀ ਸੀ ਕਿਉਂਕਿ ਚਰਚਾ ਆਇਆ ਸੀ ਕਿ ਚੰਦੂ ਮਾਜਰਾ ਬੀਜੇਪੀ ਦੇ ਸੰਪਰਕ ਵਿੱਚ ਹੈਗੇ ਨੇ, ਉਹ ਨਾਰਾਜ਼ ਹੋ ਜਾਂਦੇ ਅਗਰ ਉਹ ਚਲੇ ਜਾਂਦੇ, ਇੱਕ ਪਰਸੈਪਸ਼ਨ ਬਣ ਜਾਂਦਾ ਅਕਾਲੀ ਦਲ ਦਾ ਇੱਕ ਵੱਡਾ ਜਿਹੜਾ ਜਾ ਚਲਾ ਗਿਆ, ਉਹ ਪਰਸੈਪਸ਼ਨ ਨੂੰ ਕਰਨਾ ਚਾਹੁੰਦੇ ਸੀ। ਪਰ ਦਲਜੀਤ ਸਿੰਘ ਚੀਮਾ ਵੀ ਇਸ ਗੱਲ ਦੇ ਅੜੇ ਹੋਏ ਸੀ ਕਿ ਅਗਰ ਮੈਨੂੰ ਟਿਕਟ ਨਹੀਂ ਮਿਲੇਗੀ, ਮੈਂ ਇਲੈਕਸ਼ਨ ਲੜਨਾ ਹੀ ਲੜਨਾ ਇਸ ਵਾਰ, ਚਾਹੇ ਜੋ ਮਰਜ਼ੀ ਹੋ ਜਾਏ। ਫਿਰ ਉਹਨਾਂ ਨੇ ਸਮਝਾਇਆ, ਉਹਨਾਂ ਨੂੰ ਗੁਰਦਾਸਪੁਰ ਭੇਜਿਆ ਜੀ, ਤੇ ਨਤੀਜਾ ਉਹੀ ਰਹਿਣਾ ਸੀ। ਪਰ ਹਾਂ, ਜ਼ਮਾਨਤ ਜ਼ਬਤ ਨਾ ਹੁੰਦੀ ਇਹ ਹੋ ਸਕਦਾ ਸੀ। ਬਿਲਕੁਲ ਬਿਲਕੁਲ। ਸੋ ਬੀਜੇਪੀ ਦੀ ਗੱਲ ਕਰ ਰਹੇ ਸੀ ਤੁਸੀਂ। ਬੀਜੇਪੀ ਨੇ 5 ਸੀਟਾਂ ਤੇ ਆਪਣੀ ਜ਼ਮਾਨਤ ਜ਼ਬਤ ਕਰਾਈ ਹੈ। ਫਤਿਹਗੜ੍ਹ ਸਾਹਿਬ ਤੋਂ ਗੇਜਾ ਰਾਮ, 13.9% ਗੇਜਾ ਰਾਮ ਨੂੰ ਟਿਕਟ ਲਾਸਟ ਦਿਨ ਦਿੱਤੀ ਬੀਜੇਪੀ ਨੇ, ਔਰ ਗੇਜਾ ਰਾਮ ਨੇ ਕਿਸਾਨਾਂ ਦੇ ਖਿਲਾਫ ਬਹੁਤ ਹੀ ਤਲਖ ਭਾਸ਼ਾ ਦੀ ਵਰਤੋਂ ਕੀਤੀ, ਬਹੁਤ ਜ਼ਿਆਦਾ ਤਲਖ ਭਾਸ਼ਾ ਜੀ। ਮੇਰੇ ਖਿਆਲ ਨਾਲ ਬੀਜੇਪੀ ਦੇ ਕਿਸੇ ਆਗੂ ਨੇ ਇੰਨੀ ਤਲਖ ਭਾਸ਼ਾ ਨਹੀਂ ਕੀਤੀ ਜੋ ਉਹਨਾਂ ਨੇ ਯੂਜ਼ ਕੀਤਾ, ਉਹਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ। ਸੰਗਰੂਰ ਸੀਟ ਤੇ ਵੀ ਅਰਵਿੰਦਰ ਖੰਨਾ ਨੋਮੀਨੇਸ਼ਨ ਫਾਈਲ ਹੋਣ ਤੋਂ 2 ਦਿਨ ਪਹਿਲਾਂ ਉਹਨਾਂ ਦੀ ਸੀਟ ਅਨਾਊਂਸ ਕੀਤੀ ਗਈ। ਅਰਵਿੰਦ ਖੰਨਾ ਜਿਹੜੇ ਹੈਗੇ ਨੇ ਉਹਨਾਂ ਦੀ 12.7, ਹਾਲਾਂਕਿ ਉਹਨਾਂ 2 ਵਾਰ ਵਿਧਾਇਕ ਰਹਿ ਚੁੱਕੇ ਨੇ, ਪਰ ਲਾਸਟ ਮੂਮੈਂਟ ਦਾ ਸੀਟ ਔਰ ਫਾਈਟ ਇੰਨੀ ਤਗੜੀ ਸੀ ਕਿ ਉਹਨਾਂ ਦਾ ਜਿੱਤਣਾ ਤਾਂ ਬੜਾ ਨਾਮੁਮਕਿਨ ਸੀ, ਪਰ ਉਹ ਜ਼ਮਾਨਤ ਜ਼ਬਤ ਹੋ ਗਈ ਹੈ। ਬੀਜੇਪੀ ਲਈ ਬੜਾ ਸੈੱਟ ਪੈ ਗਿਆ, ਹਾਲਾਂਕਿ ਜ਼ਿਮਨੀ ਚੋਣ ਦੇ ਅੰਦਰ ਬੀਜੇਪੀ ਨੇ ਬੜਾ ਅੱਛਾ ਪਰਫਾਰਮ ਕੀਤਾ ਸੀ। ਬਿਲਕੁਲ 2022 ਵਿੱਚ ਜਦੋਂ ਹੋਈ ਸੀ 1,78,000 ਵੋਟ ਅਕਾਲੀ ਦਲ ਤੋਂ ਅੱਗੇ ਨਿਕਲੀ ਸੀ, ਪਰ ਇਸ ਵਾਰ ਤਾਂ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਹਾਲਾਂਕਿ ਅਕਾਲੀ ਦਲ ਵੀ ਜ਼ਮਾਨਤ ਜ਼ਬਤ ਹੋਈ ਹੈ। ਬਠਿੰਡਾ ਤੋਂ ਪਰਮਪਾਲ ਕੌਰ ਜੀ ਬੜੇ ਜੋਸ਼ੋ ਖਰੋਸ਼ ਨਾਲ ਉਤਾਰਿਆ ਸੀ, ਉਹਨਾਂ ਨੂੰ ਸਿਰਫ 80,000 ਤੋਂ 90,000 ਵੋਟਾਂ ਮਿਲੀਆਂ, ਉਹਨਾਂ ਨੂੰ 9.62% ਮਿਲੀਆਂ। ਤੇ ਉਹਨਾਂ ਦੀ ਜਿਹੜੀ ਐਂਟਰੀ ਹੋਈ ਹੈ ਸਿਆਸਤ ਵਿੱਚ, ਤੇ ਬੋਣੀ ਚੰਗੀ ਨਹੀਂ ਹੋਈ, ਕਹਿੰਦੇ ਬੋਣੀ ਚੰਗੀ ਨਾ ਹੋਈ ਤੇ ਫਿਰ ਉਹ ਉਹਨਾਂ ਦੀ ਬੋਣੀ ਚੰਗੀ ਨਹੀਂ ਹੋਈ ਹੈ। ਔਰ ਉਹਨਾਂ ਦੇ ਸੋਲਾ ਸਾਹਿਬ ਜਿਹੜੇ ਹੈ ਮਲੂਕਾ ਸਾਹਿਬ, ਉਹ ਵੀ ਸਮਝਾਉਂਦੇ ਰਹੇ, ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਸਮਝਾਇਆ ਸੀ ਲੋਕ ਸਭਾ ਹਲਕਾ ਵੱਡਾ ਹੁੰਦਾ ਹੈ, ਉੱਧਰ ਜਿੱਤ ਹਾਰ ਜਿਹੜੀ ਹੁੰਦੀ ਹੈ ਉਹ ਇੰਨੀ ਆਸਾਨ ਨਹੀਂ ਹੁੰਦੀ, ਕੈਂਪੇਨਿੰਗ ਕਰਨੀ ਆਸਾਨ ਨਹੀਂ ਹੁੰਦੀ, ਪਰ ਕਿਉਂਕਿ ਉਹ ਇਹ ਉਹਨਾਂ ਦੀ ਲੜਾਈ ਜਿਹੜੀ ਸੀ ਪਰਮਪਾਲ ਕੌਰ ਦੀ ਅਕਾਲੀ ਦਲ ਨਾਲ ਸਿੱਧੀ ਲੜਾਈ ਸੀ, ਕਿਉਂਕਿ ਉਹਨਾਂ ਦੇ ਪਤੀ ਦੀ ਉਹਨਾਂ ਨੂੰ 2022 ਵਿੱਚ ਜਿਹੜੀ ਸੀਟ ਉਹ ਮੰਗ ਰਹੇ ਸੀ ਉਹ ਦਿੱਤੀ ਨਹੀਂ ਸੀ। ਇੱਕ ਆੜ ਇੱਕ ਖੁੰਦਕ ਸੀ ਜਿਹੜੀ ਉਹ ਨਿਕਾਲਣਾ ਚਾਹੁੰਦਾ ਸੀ, ਉਹ ਬੀਜੇਪੀ ਸ਼ਾਮਲ ਹੋਏ, ਬੀਜੇਪੀ ਸ਼ਾਮਲ ਹੋ ਕੇ ਉਹਨਾਂ ਨੇ ਪਹਿਲਾਂ ਇਲੈਕਸ਼ਨ ਤੇ ਪੂਰੀ ਤਰ੍ਹਾਂ ਹਾਰਿਆ। ਬਿਲਕੁਲ ਬਿਲਕੁਲ। ਲਾਸਟ ਰਹੀ ਫਰੀਦਕੋਟ, ਫਰੀਦਕੋਟ ਤਾਂ ਇੱਕ ਪਾਸੜ ਦੀ ਲੜਾਈ ਹੋ ਗਈ ਨਾ, ਹੰਸ ਰਾਜ ਹੰਸ। ਹਾਂ ਜੀ ਜੀ, ਇਹਨਾਂ ਨੇ ਇਹਨਾਂ ਦਾ ਵਿਚਾਰਾਂ ਦੀ ਜ਼ਿਆਦਾ ਬੁਰੀ ਹਾਲਤ ਹੋਈ ਹੈ। ਪਹਿਲੇ ਸਭ ਤੋਂ ਪਹਿਲੀ ਲਿਸਟ ਵਿੱਚ ਹੰਸਰਾਜ ਹੰਸ ਦਾ ਨਾਮ ਸੀ, ਦਿੱਲੀ ਤੋਂ ਲੈ ਕੇ ਇਹਨਾਂ ਨੂੰ ਇੱਧਰ ਕੀਤਾ, ਪਹਿਲੇ ਜਲੰਧਰ 'ਚ ਉਹਨਾਂ ਦਾ ਦਾਅਵਾ ਸੀ, ਫਿਰ ਫਰੀਦਕੋਟ ਰਿਜ਼ਰਵ ਸੀਟ ਕੀਤਾ। ਉਹਨਾਂ ਨੇ ਕੈਂਪੇਨਿੰਗ ਵੀ ਬੜੀ ਕੀਤੀ, ਕਿਸਾਨਾਂ ਨੇ ਸਭ ਤੋਂ ਜ਼ਿਆਦਾ ਅਗਰ ਘੇਰਿਆ ਹੈ ਉਹਨਾਂ ਦੀ ਖਬਰਾਂ ਆਈਆਂ ਨੇ ਤਾਂ ਹੰਸਰਾਜ ਹੰਸ ਦੀ ਆਈਆਂ ਨੇ, ਤੇ ਹੰਸਰਾਜ ਹੰਸ ਦਾ ਜਿਹੜਾ ਹੈਗਾ ਹਾਲਾਂਕਿ ਫਿਰ ਵੀ ਉਹ 12.18 ਜਿਹੜੇ ਹੈਗੇ ਪਰਸੈਂਟ ਉਹ ਵੋਟ ਲੈ ਗਏ ਨੇ, ਦੂਜੇ ਨੰਬਰ ਤੇ ਰਹੇ ਨੇ ਹਾਲਾਂਕਿ ਜ਼ਮਾਨਤ ਜ਼ਬਤ ਹੋਣ ਤੇ ਬੀਜੇਪੀ ਦੇ। ਸੋ
ਯਾਨੀ ਕਿ ਪਰ ਇੱਥੇ ਇੱਥੇ ਵੀ ਇੱਕ ਫਰਕ ਹੈਗਾ ਖੁਸ਼ਵੰਤ ਜੀ, ਕਿ ਜਿਹੜਾ ਅਕਾਲੀ ਦਲ ਹੈ ਉਹ 10 ਸੀਟਾਂ 'ਤੇ ਜ਼ਮਾਨਤਾਂ ਆਪਦੀਆਂ ਜ਼ਬਤ ਕਰਾ ਗਿਆ ਅਤੇ BJP 5 ਸੀਟਾਂ 'ਤੇ, ਯਾਨੀ ਕਿ BJP ਆਪਣੀਆਂ ਜਿਹੜਾ ਹੈਗਾ ਕਈ ਸੀਟਾਂ 'ਤੇ ਜ਼ਮਾਨਤ ਬਚਾ ਗਈ ਹੈਗੀ ਹੈ, 8 ਸੀਟਾਂ 'ਤੇ ਜ਼ਮਾਨਤ ਬਚਾ ਗਈ, ਪਰ ਅਕਾਲੀ ਦਲ ਸਿਰਫ 3 ਸੀਟਾਂ 'ਤੇ ਹੀ ਆਪਣੀ ਜ਼ਮਾਨਤ ਬਚਾ ਸਕਿਆ। ਇੱਕ ਤਾਂ ਬਠਿੰਡੇ ਵਾਲੀ ਹੋ ਗਈ, ਦੂਸਰੀ ਅੰਮ੍ਰਿਤਸਰ ਵਾਲੀ ਅਨਿਲ ਜੋਸ਼ੀ ਦੀ ਜ਼ਮਾਨਤ ਬਚੀ ਹੈ ਕਿ ਉਹਨਾਂ ਦੀ ਵੀ ਜ਼ਬਤ ਹੋਈ ਹੈ? ਨਹੀਂ, ਉਹਨਾਂ ਦੀ ਬਚ ਗਈ ਹੈ ਜ਼ਮਾਨਤ। ਜੀ ਜੀ ਸਰ, ਤੀਸਰਾ ਕਿਹੜਾ ਨਾਮ ਹੈ ਅਕਾਲੀ ਦਲ ਦਾ? ਫਿਰੋਜ਼ਪੁਰ ਵਾਲਾ ਹੋਊਗਾ ਮੈਨੂੰ ਲੱਗਦਾ, ਉੱਥੇ ਕਾਫੀ ਬੌਬੀ ਮਾਨ ਸੀਗੇ, ਮੁਕਾਬਲੇ ਦੇ ਵਿੱਚ ਸੀਗੇ, ਫਾਈਟ ਦੇ ਵਿੱਚ ਸੀ, ਉਹਨਾਂ ਨੇ ਵੋਟਾਂ ਚੰਗੀਆਂ ਲਈਆਂ ਨੇ। ਹਾਂਜੀ ਹਾਂਜੀ ਜੀ, ਫਿਰੋਜ਼ਪੁਰ ਬਚ ਗਈ, ਫਿਰੋਜ਼ਪੁਰ ਬਚ ਗਈ ਹੈ, ਬਠਿੰਡਾ ਬਚ ਗਈ ਉਹਨਾਂ ਦੀ ਜ਼ਮਾਨਤ, ਬਠਿੰਡਾ ਬਚ ਗਈ ਤੇ ਅੰਮ੍ਰਿਤਸਰ ਬਚ ਗਈ ਜਿੱਥੇ ਜ਼ਮਾਨਤ ਜ਼ਬਤ ਨਹੀਂ ਹੋਈ, ਤੇ BJP ਜਿਹੜੇ ਹੈਗੇ ਨੇ ਉਹ 5 ਸੀਟਾਂ ਤੇ ਗੇਜਾ ਰਾਮ, ਅਰਵਿੰਦ ਖੰਨਾ ਵੱਡਾ ਨਾਮ ਸੀ, ਸੰਗਰੂਰ ਦੇ ਵਿੱਚ ਕਾਫੀ ਲੱਗ ਰਿਹਾ ਸੀ ਕਿ ਇਹਨਾਂ ਨੂੰ ਵੋਟਾਂ ਨੇ ਜਿਹੜੀਆਂ ਵਾਹਵਾ ਪੈਣਗੀਆਂ। ਅਰਵਿੰਦ ਖੰਨਾ ਇੱਕ ਵਾਰੀ ਫਾਈਟ ਦੇ ਵਿੱਚ ਵੀ ਆਏ ਸੀ ਕਿ ਅਰਵਿੰਦ ਖੰਨਾ BJP ਦੇ ਮੂਹਰੇ ਚੱਲ ਰਹੇ ਨੇ। ਸੋ ਰਵਨੀਤ ਸਿੰਘ ਬਿੱਟੂ ਆਪਣੀ ਜ਼ਮਾਨਤ ਜ਼ਰੂਰ ਬਚਾ ਗਏ ਨੇ ਪਰ ਜਿੱਤ ਨਹੀਂ ਸਕੇ ਹੈਗੇ। ਸੋ ਇਹ ਤਾਂ ਵੋਟ ਪਰਸੈਂਟੇਜ ਦੀ ਆਪਾਂ ਗੱਲ ਕਰੀ।